ਬਹੁਤ ਬਹੁਤ ਸਵਾਗਤ ਕਰ ਰਹੇ ਹਾਂ ਉਮੀਦ ਕਰ ਰਹੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਹਰ ਦਿਨ ਤੇ ਹਰ ਹਫਤੇ ਕੋਈ ਨਾ ਕੋਈ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਹੈ ਔਰ ਤੁਸੀਂ ਇਹ ਵੀ ਜਾਣਦੇ ਹੋ ਕਿ ਇਹ ਨੋਟੀਫਿਕੇਸ਼ਨ ਅਗਰ ਸਾਡੇ ਹੱਥ ਚੋਂ ਨਿਕਲ ਗਏ ਤਾਂ ਆਉਣ ਵਾਲੇ 4 ਸਾਲਾਂ ਤੋਂ ਪਹਿਲਾਂ ਸਾਨੂੰ ਸ਼ਾਇਦ ਹੀ ਸਰਕਾਰੀ ਮਹਿਕਮੇ ਚ ਕੋਈ ਭਰਤੀ ਹੋਣ ਦਾ ਚਾਂਸ ਮਿਲੇਗਾ ਸੋ ਵੱਡੇ ਸਤਰ ਨਾਲ ਵੱਡਾ ਹੰਬੜਾ ਮਾਰ ਕੇ ਪੂਰੀ ਕੋਸ਼ਿਸ਼ ਕਰਕੇ ਆਪਣੀ ਜਾਨ ਜੀ ਜਾਨ ਨਾਲ ਤਿਆਰੀ ਕਰਨੀ ਹੈ ਤਿਆਰੀ ਕਰਨੀ ਕਿਵੇਂ ਹੈ ਜਾਂ ਤਾਂ ਆਪਾਂ ਆਫਲਾਈਨ ਤਿਆਰੀ ਕਰੀਏ ਜਾਂ ਆਪਾਂ ਔਨਲਾਈਨ ਤਿਆਰੀ ਕਰੀਏ ਹਰ ਇੱਕ ਭਰਤੀ ਦਾ ਲਿਖਤੀ ਪੇਪਰ ਹੋਏਗਾ ਲਿਖਤੀ ਪੇਪਰ ਦੇ ਵਿੱਚ ਪਾਸ ਕਿਵੇਂ ਹੋਣਾ ਹੈ ਇਹ ਵੀ ਸਾਡਾ ਸਵਾਲ ਬਣਦਾ ਹੈ ਹਾਂ ਕੰਪੀਟੀਸ਼ਨ ਦਿਨੋ ਦਿਨ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿੱਥੋਂ ਤਿਆਰੀ ਕਰਨਾ ਸਭ ਤੋਂ ਬੈਸਟ ਹੁੰਦਾ ਹੈ ਦੋਸਤੋ ਗੱਲ ਕਰਦੇ ਹਾਂ ਕਿ ਆਫਲਾਈਨ ਦੇ ਵਿੱਚ ਤੁਹਾਡੇ ਕੋਲੇ ਬਹੁਤੇ ਸਾਰਿਆਂ ਕੋਲੇ ਫਾਈਨੈਂਸ਼ੀਅਲ ਸਥਿਤੀਆਂ ਠੀਕ ਨਹੀਂ ਹੁੰਦੀਆਂ ਲੇਕਿਨ ਗੱਲ ਕਰਦੇ ਹਾਂ ਬਹੁਤੇ ਸਾਰਿਆਂ ਕੋਲੇ ਵਕਤ ਦੀ ਬਹੁਤ ਜ਼ਿਆਦਾ ਘਾਟ ਹੁੰਦੀ ਹੈ ਤਾਂ ਤੁਸੀਂ ਅੱਜ ਜੋ ਵੀ ਆਪਣਾ ਦੈਨਿਕ ਚਰ ਦੇ ਵਿੱਚ ਕੰਮ ਕਰ ਰਹੇ ਹੋ ਔਰ ਉਸ ਤੋਂ ਇਲਾਵਾ ਤੁਸੀਂ ਆਫਲਾਈਨ ਜਾ ਕੇ ਤਿਆਰੀ ਕਰਨ ਵਾਸਤੇ ਸੋਚ ਰਹੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਆਪਣਾ ਸਮਾਂ ਖਰਾਬ ਕਰ ਰਹੇ ਹੋ ਕੱਲ ਕਰਦੇ ਹਾਂ ਕਿ ਡਿਜੀਟਲੀ ਇੰਡੀਆ ਔਰ ਡਿਜੀਟਲੀ ਦੌਰ ਦੇ ਵਿੱਚ ਅਸੀਂ ਆਨਲਾਈਨ ਨੂੰ ਮਾਧਿਅਮ ਕਿੱਦਾਂ ਬਣਾ ਸਕਦੇ ਹਾਂ ਆਨਲਾਈਨ ਦੇ ਜ਼ਰੀਏ ਆਪਾਂ ਕਿਵੇਂ ਸਟੱਡੀ ਕਰ ਸਕਦੇ ਹਾਂ ਉਹਦੇ ਕੀ ਕੀ ਸਹੀ ਕਾਰਨ ਨੇ ਪਹਿਲੀ ਗੱਲ ਹੈ ਕਿ ਤੁਸੀਂ ਆਨਲਾਈਨ ਦੇ ਵਿੱਚ ਆਪਣੇ ਘਰ ਤੋਂ ਕਿਤੇ ਵੀ ਮੂਵ ਨਹੀਂ ਹੋਣਾ ਹੈ ਦੂਸਰੀ ਗੱਲ ਹੈ ਕਰੋਨਾ ਦੇ ਵੱਧੇ ਹੋਏ ਪ੍ਰਕੋਪ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹੋ ਆਪਣੀ ਫੈਮਲੀ ਨੂੰ ਸੇਫ ਰੱਖ ਸਕਦੇ ਹੋ ਨੈਕਸਟ ਗੱਲ ਕਰਦੇ ਹਾਂ ਤਾਂ ਤੁਸੀਂ ਕਿਸੇ ਵੀ ਟਾਈਮ ਆਪਣੇ ਘਰ ਬੈਠ ਕੇ ਕਲਾਸ ਅਟੈਂਡ ਕਰ ਸਕਦੇ ਹੋ ਨੈਕਸਟ ਗੱਲ ਕਰਦੇ ਹਾਂ ਤੇ ਜੇ ਤੁਹਾਡੀ ਕੋਈ ਕਲਾਸ ਅਗਰ ਨਿਕਲ ਚੁੱਕੀ ਹੈ ਜਾਂ ਤੁਸੀਂ ਕਲਾਸ ਅਟੈਂਡ ਨਹੀਂ ਕਰ ਚੁੱਕੇ ਤਾਂ ਤੁਹਾਡੀ ਕਲਾਸ ਉਹ ਸੇਵ ਮਿਲੇਗੀ ਤੁਸੀਂ ਕਿਸੇ ਵੀ ਟਾਈਮ ਬਾਅਦ ਚ ਦੇਖ ਸਕਦੇ ਹੋ ਸਭ ਤੋਂ ਇੰਪੋਰਟੈਂਟ ਹੈ ਕਿ ਕਲਾਸ ਦਾ ਸੇਮ ਸਟੱਡੀ ਨੋਟਸ ਵੀ ਮਿਲੇਗਾ plus ਤੁਹਾਨੂੰ ਟੈਸਟ ਸੀਰੀਜ਼ ਵੀ ਮਿਲੇਗੀ ਟੈਸਟ ਸੀਰੀਜ਼ ਦੇ ਨਾਲ ਤੁਹਾਨੂੰ ਪੀਡੀਐਫ ਮਿਲੇਗਾ ਪੀਡੀਐਫ ਦੇ ਨਾਲ ਤੁਹਾਨੂੰ ਈ-ਬੁਕਸ ਮਿਲਣਗੀਆਂ ਇੰਨਾ ਸਭ ਕੁਝ ਸ਼ਾਇਦ ਤੱਕ ਆਫਲਾਈਨ ਦੇ ਵਿੱਚ ਨਹੀਂ ਮਿਲਦਾ ਤਾਂ ਬਿਲਕੁਲ ਤਿਆਰੀ ਕਰਨ ਦਾ ਸੰਸਾਧਨ ਕੀ ਹੈ ਗਿਲਜ਼ ਮੈਂਟਰ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਇਹ ਮੁਹਿੰਮ ਲੈ ਕੇ ਆਇਆ ਹੈ ਡਿਜੀਟਲ ਸਟੱਡੀ ਤੁਸੀਂ ਕਿਵੇਂ ਕਰਨੀ ਹੈ ਉਰਦੀ ਵਿੱਚ ਅਸੀਂ ਹਜ਼ਾਰਾਂ ਬੱਚਿਆਂ ਦਾ ਨਹੀਂ ਬਲਕਿ ਲੱਖਾਂ ਦਾ ਅਸੀਂ ਸਪੋਰਟ ਕਰ ਰਹੇ ਹਾਂ ਦਿਨ ਰਾਤ ਅਸੀਂ ਇੱਕ ਕਰਕੇ ਹਰ ਇੱਕ ਤਰੀਕੇ ਨਾਲ ਬੱਚੇ ਨੂੰ ਤਿਆਰੀ ਕਰਵਾ ਰਹੇ ਹਾਂ ਸਾਡੇ ਆਫੀਸ਼ੀਅਲ ਪਲੇਟਫਾਰਮ ਤੇ ਦੋਸਤੋ ਗੱਲ ਕਰਦੇ ਹਾਂ ਕਿ ਜੇ ਤੁਸੀਂ ਸਪੈਸ਼ਲ ਕੋਰਸ ਜੁਆਇਨ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਕੀ ਬੈਨੀਫਿਟ ਹੋਏਗਾ ਤੁਸੀਂ ਕਿਵੇਂ ਕਰਨਾ ਹੈ ਕਿਵੇਂ ਨਹੀਂ ਕਰਨਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨੀ ਕਿ ਗਿਲਜ਼ ਮੈਂਟਰ ਦੀ ਐਪ ਡਾਊਨਲੋਡ ਕਰਨੀ ਹੈ ਇਸ ਐਪ ਦੇ ਵਿੱਚ ਤੁਹਾਨੂੰ ਕੀ ਬੈਨੀਫਿਟ ਹੋਏਗਾ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਆ ਚੁੱਕੇ ਹੋ ਤਾਂ ਕੋਰਸੇ ਕੀ ਕੀ ਮਿਲਣਗੇ ਗਾਰੰਟੀ ਵਾਲਾ ਕੋਰਸ ਹੈ ਜਿਸ ਦੇ ਵਿੱਚ ਤਕਰੀਬਨ ਤਕਰੀਬਨ ਪੰਜਾਬ ਦੇ ਸਾਰੇ ਪੇਪਰਾਂ ਦੀ ਨੋਨ ਟੈਕਨੀਕ ਤਿਆਰੀ ਕਰਾਵਾਂਗੇ 1 ਸਾਲ ਤੱਕ 1 ਸਾਲ ਦੇ ਵਿੱਚ ਤੁਹਾਡਾ ਕਿਸੇ ਨਾ ਕਿਸੇ ਮਹਿਕਮੇ 'ਚ ਸਿਲੈਕਸ਼ਨ ਕਰਾਉਣਾ ਸਾਡੀ ਫੁੱਲੀ ਰਿਸਪੌਂਸਿਬਿਲਟੀ ਹੈ ਅਗਰ ਸਿਲੈਕਸ਼ਨ ਨਹੀਂ ਹੁੰਦਾ ਤਾਂ ਤੁਹਾਡੀ ਪੂਰੀ ਫੀਸ ਤੁਹਾਨੂੰ ਵਾਪਸ ਕੀਤੀ ਜਾਏਗੀ ਗੱਲ ਕਰਦੇ ਹਾਂ ਪੀਐਸਪੀਸੀਲ ਤੇ ਪੀਐਸਟੀਐਸਸੀਲ ਦਾ ਕੰਬਾਈਨ ਬੈਚ ਹੈ ਜੋ ਕਿ ਕਲਰਿਕਲ ਲੈਵਲ ਹੈ ਨਿਊ ਐਂਟੀਟੀ ਦਾ ਬੈਚ ਗੱਲ ਕਰਦੇ ਹਾਂ ਤਾਂ ਵੈਰੀ ਵੈਰੀ ਇੰਪੋਰਟੈਂਟ ਹੈ ਜਿੰਨੇ ਵੀ ਟੀਚਰਸ ਹੈ ਜੋ ਆਪਣੇ ਘਰ ਬੈਠ ਕੇ ਤਿਆਰੀ ਕਰ ਰਹੇ ਆ ਭੁੱਲ ਜਾਓ ਕਿ ਤੁਸੀਂ ਕਿਸੇ ਕਿਤਾਬ ਨੂੰ ਪੜ੍ਹ ਕੇ ਸਿਲੈਕਸ਼ਨ ਕਰਾ ਲੋਗੇ ਔਰੀਐਂਟਡ ਸਿਲੈਕਸ਼ਨ ਔਰੀਐਂਟਡ ਟੀਚਰਸ ਔਰ ਸਿਲੈਕਸ਼ਨ ਔਰੀਐਂਟਡ ਤੁਹਾਡਾ ਸਿਲੇਬਸ ਹੋਣਾ ਬਹੁਤ ਜ਼ਰੂਰੀ ਹੈ ਪਟਵਾਰੀ ਦੇ ਸਬੰਧ ਵਿੱਚ ਸਾਡੇ ਕੋਲ 10 ਬੈਚ ਚੱਲ ਰਹੇ ਨੇ ਜਿਦੇ ਚ ਅਸੀਂ ਜ਼ਬਰਦਸਤ ਤਰੀਕੇ ਦੀਆਂ ਤਿਆਰੀ ਕਰਾ ਰਹੇ ਆ ਸਟੱਡੀ ਮਟੀਰੀਅਲ ਲਾਈਵ ਕਲਾਸਿਸ ਨੋਟਸ ਪੀਡੀਐਫ ਜਿੰਨਾ ਵੀ ਹੋ ਸਕਦਾ ਬੱਚਿਆਂ ਨੂੰ ਟਾਰਗੇਟ ਟੈਸਟ ਦੇ ਦੇ ਕੇ ਕੰਬੋ ਪੈਕ ਦਿੱਤਾ ਜਾ ਰਿਹਾ ਹੈ ਪਲੱਸ ਪੰਜਾਬ ਪੁਲਿਸ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਪੇਪਰਾਂ ਦੀ ਤਿਆਰੀ ਜ਼ਬਰਦਸ ਜਿਹੜਾ ਬੱਚਾ ਹੈ ਉਹ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਗ੍ਰੈਬ ਕਰੇਗਾ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਹੋਰ ਵੀ ਸਿੱਖ ਸਕਦਾ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਜਿਵੇਂ ਗੱਲ ਕਰਦੇ ਆਂ ਪੰਜਾਬ ਮਾਸਟਰ ਕੈਡਰ ਦਾ ਬੈਚ ਹੈ ਪਟਵਾਰੀ ਬੈਚ ਨੰਬਰ 10 ਲੁੱਟੋ ਬੈਚ ਦੇ ਵਿੱਚ ਅਸੀਂ ਬੱਚਿਆਂ ਨੂੰ ਟੈਸਟ ਦੇ ਰਹੇ ਆਂ ਪਲੱਸ ਪੀਡੀਐਫ ਦੇ ਰਹੇ ਆਂ ਪਲੱਸ ਈ-ਬੁੱਕਸ ਦੇ ਰਹੇ ਆਂ ਪਟਵਾਰੀ ਦੇ ਇਸ ਤੋਂ ਇਲਾਵਾ ਸਪੈਸ਼ਲ ਸਾਡੇ ਕੋਲੇ ਐਕਸਕਲੂਸਿਵ ਐਗਰੀਕਲਚਰ ਤੇ ਕੰਪਿਊਟਰ ਦਾ ਬੈਚ ਹੈ ਇਸ ਤੋਂ ਇਲਾਵਾ ਪੀਪੀਐਸਸੀ ਫੰਕਸ਼ਨ ਮੈਨੇਜਰ ਦਾ ਬਹੁਤ ਸਾਰੇ ਬੈਚ ਸਾਡੇ ਕੋਲੇ ਕੰਟੀਨਿਊ ਚੱਲ ਰਹੇ ਨੇ ਜੇ ਤੁਸੀਂ ਨਾਇਬ ਤਹਿਸੀਲਦਾਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਕਿੱਦਾਂ ਗ੍ਰੈਬ ਕਰ ਸਕਦੇ ਹੋ ਪਹਿਲੀ ਗੱਲ ਹੈ ਕਿ ਅਸੀਂ ਤੁਹਾਨੂੰ ਕੀ ਕੀ ਦੇ ਰਹੇ ਹਾਂ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ ਤੁਹਾਡੇ ਕੋਲ ਠੀਕ ਹੈ ਜੀ ਤੁਸੀਂ ਸਭ ਤੋਂ ਪਹਿਲਾਂ ਕਲਾਸਿਸ ਕਿਵੇਂ ਅਟੈਂਡ ਕਰਨੀਆਂ ਓਵਰਵਿਊ ਦੇ ਵਿੱਚ ਜਿਵੇਂ ਤੁਸੀਂ ਕੰਟੈਂਟ 'ਚ ਗਏ ਹੋ ਕੰਟੈਂਟ ਦੇ ਵਿੱਚ ਜਾ ਕੇ ਤੁਸੀਂ ਸਾਰੀਆਂ ਐਕਸਕਲੂਸਿਵ ਕੋਰਸ ਜੁਆਇਨ ਕਰ ਸਕਦੇ ਹੋ ਜਿੱਥੇ ਅਸੀਂ ਕੰਟੀਨਿਊ ਲਗਭਗ ਦਸੰਬਰ ਤੋਂ ਲੈ ਕੇ ਇੰਨੇ ਲੰਬੇ ਟਾਈਮ ਤੱਕ ਤਿਆਰੀ ਕੋਈ ਵੀ ਕੋਚਿੰਗ ਸੈਂਟਰ ਨਹੀਂ ਕਰਾਉਂਦਾ ਠੀਕ ਹੈ ਔਰ ਵਿਦ ਦਾ ਮਤਲਬ ਕਿ ਜ਼ਬਰਦਸਤ ਔਰ ਐਕਸਪਰਟ ਫੈਕਲਟੀ ਦੁਆਰਾ ਠੀਕ ਹੈ ਜੀ ਹੁਣ ਦੇਖੋ ਤੁਸੀਂ ਕੀ ਕਰਨਾ ਹੈ ਬੱਚਿਓ ਜਿਵੇਂ ਤੁਸੀਂ ਆਉਨੇ ਹੋ ਜਿਵੇਂ ਜੀਓਗ੍ਰਾਫੀ ਤੇ ਤੁਸੀਂ ਕਲਾਸ ਅਟੈਂਡ ਕਰਨਾ ਚਾਹੁੰਦੇ ਹੋ ਇੱਕ ਇੱਕ ਕਲਾਸ ਦਾ ਸਟੱਡੀ ਨੋਟਸ ਵੀ ਤੁਹਾਨੂੰ ਮਿਲੇਗਾ ਜਿਵੇਂ ਦੇਖੋ ਕਲਾਸ 1 ਦਾ ਸਟੱਡੀ ਨੋਟਸ ਹੈ ਠੀਕ ਹੈ ਜੀ ਜਿਵੇਂ ਤੁਹਾਡੇ ਕੋਲੇ ਕਲਾਸ 2 ਦੇ ਸਟੱਡੀ ਨੋਟਸ ਨਾਲੇ ਤੁਸੀਂ ਇੱਥੇ ਕਲਾਸ ਦੇਖ ਸਕਦੇ ਹੋ ਨਾਲੇ ਸਟੱਡੀ ਨੋਟਸ ਦੇਖ ਸਕਦੇ ਹੋ ਕਲਾਸ 3 ਹੈ ਕਲਾਸ 3 ਤੁਸੀਂ ਦੇਖੋਗੇ ਉਹਦੇ ਬਿਲਕੁਲ ਨੀਚੇ ਤੁਹਾਨੂੰ ਸਟੱਡੀ ਨੋਟਸ ਮਿਲ ਜੇਗਾ ਕਲਾਸ ਤੁਸੀਂ 4 ਦੇਖੋਗੇ ਤੁਹਾਡੇ ਕੋਲ ਸਟੱਡੀ ਨੋਟਸ ਮਿਲ ਜੇਗਾ ਇਸੇ ਤਰੀਕੇ ਨਾਲ ਤੁਹਾਨੂੰ ਜੰਮਲ ਕਰਕੇ ਜ਼ਬਰਦਸਤ ਤਰੀਕੇ ਦਾ ਸਟੱਡੀ ਮਟੀਰੀਅਲ ਨੋਟਸ ਵੀ ਇਕੱਠਾ ਦਿੱਤਾ ਜਾ ਰਿਹਾ ਤਾਂ ਕਿ ਤੁਸੀਂ ਤੁਹਾਡੇ ਘਰੇ ਬੈਠ ਕੇ ਆਸਾਨੀ ਦੇ ਨਾਲ ਤਿਆਰੀ ਕਰ ਸਕਦੇ ਹੋ ਐਂਟੀਟੀ ਦੀ ਗੱਲ ਕਰਦੇ ਆ ਜਿੰਨੇ ਵੀ ਰਿਸਪੈਕਟਡ ਟੀਚਰਸ ਤਿਆਰੀ ਕਰ ਰਹੇ ਨੇ ਠੀਕ ਹੈ ਜੀ ਤੁਸੀਂ ਤਿਆਰੀ ਕਰ ਰਹੇ ਹੋ ਜਿਵੇਂ ਤੁਸੀਂ ਦੇਖੋਗੇ ਕਲਾਸ ਨੰਬਰ ਤੁਹਾਡੀ ਹੋਈ ਹੈ ਉਹਦੇ ਚ ਤੁਹਾਨੂੰ ਇਦਾਂ ਨੋਟਸ ਮਿਲ ਰਹੇ ਨੇ ਤੁਹਾਡੀ ਕਲਾਸ ਹੋ ਗਈ ਤੁਹਾਨੂੰ ਨਾਲ ਹੀ ਨੋਟਸ ਅਟੈਚ ਕਰ ਦਿੱਤੇ ਗਏ ਨੇ ਅਸੀਂ ਇਸੇ ਤਰੀਕੇ ਨਾਲ ਤੁਹਾਡੀਆਂ ਈ ਬੁੱਕ ਈਬੁక్స్ ਵੀ ਬਣਾ ਬਣਾ ਕੇ ਐਡ ਕਰ ਰਹੇ ਆ ਤਾਂ ਕਿ ਤੁਹਾਨੂੰ ਕਿਸੇ ਨੂੰ ਕੋਈ ਦਿੱਕਤ ਆਵੇ ਹੀ ਨਾ so that ਐਡੀ ਵੱਡੀ oportunitys ਤੁਹਾਨੂੰ ਸ਼ਾਇਦ ਹੀ ਪੰਜਾਬ ਦੇ ਵਿੱਚ ਕਿਤੇ ਮਿਲੇਗੀ ਈਬੁక్స్ ਦੀ ਗੱਲ ਕਰਦੇ ਆ ਤਾਂ ਸਾਡਾ ਈ ਕੰਟੈਂਟ ਤੁਸੀਂ ਇਸੇ ਤਰੀਕੇ ਨਾਲ ਦੇਖ ਸਕਦੇ ਹੋ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਨਾ ਸਾਡੇ ਕਿਸੇ ਵੀ ਈ ਬੁੱਕ ਦਾ ਤੁਸੀਂ ਕੋਈ ਸਕਰੀਨਸ਼ਾਟ ਜਾਂ ਐਸਾ ਕੁਝ ਵੀ ਨਹੀਂ ਲੈ ਸਕਦੇ ਠੀਕ ਹੈ ਇਹ ਸਿਰਫ ਔਰ ਸਿਰਫ ਈ ਬੁక్స్ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਕੋਲੇ ਸਪੈਸ਼ਲ ਕੋਰਸ ਹੁੰਦਾ ਹੈ ਉਹਨਾਂ ਦੀ ਹੈਲਪ ਕਰ ਰਹੇ ਆ ਮਦਦ ਕਰ ਰਹੇ ਆ ਪੰਜਾਬੀ ਭਾਸ਼ਾ ਵਿੱਚ ਮੌਜੂਦ ਹੈ ਠੀਕ ਹੈ ਐਸਾ ਨਹੀਂ ਕਿ ਸਭ ਕੁਝ ਅੰਗਰੇਜ਼ੀ ਵਿੱਚ ਮੌਜੂਦ ਹੈ ਹਰ ਤਰੀਕੇ ਦੀ ਤਿਆਰੀ ਕਰਵਾਈ ਜਾਂਦੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਗੱਲ ਕਰਦੇ ਆ ਤਾਂ ਕੋਈ ਬੱਚਾ ਅਗਰ ਇੰਟਰਸਟਿਡ ਹੈ ਪਟਵਾਰੀ ਪੇਪਰ ਦੀ ਤਿਆਰੀ ਕਰ ਰਿਹਾ ਤਾਂ ਪਟਵਾਰੀ ਦੇ ਵਿੱਚ ਜਾ ਕੇ ਸਾਡੇ ਕੋਲੇ ਦੇਖ ਸਕਦਾ ਅਸੀਂ ਐਗਰੀਕਲਚਰ ਦੀਆਂ ਜਿਵੇਂ ਐਗਰੀਕਲਚਰ ਦੀਆਂ ਰਿਵੀਜ਼ਨ ਕਲਾਸਿਸ ਪਹਿਲਾਂ ਹੋ ਚੁੱਕੀਆਂ 500 ਰਿਵੀਜ਼ਨ ਇਹਦੇ ਬੈਸਟ ਐਮਸੀਕਿਊ ਡਿਸਕਸ ਹੋ ਚੁੱਕੇ ਨੇ ਉਸ ਤੋਂ ਇਲਾਵਾ ਗੱਲ ਕਰਦੇ ਆ ਤਾਂ ਐਗਰੀਕਲਚਰ ਦੇ ਵਿੱਚ ਤੁਸੀਂ ਦੇਖੋਗੇ ਰਿਵੀਜ਼ਨ ਕਲਾਸਿਸ ਤੁਹਾਡੀਆਂ ਸ਼ੁਰੂ ਹੋ ਚੁੱਕੀਆਂ 1 ਬਾਈ 1 ਤਰੀਕੇ ਨਾਲ ਠੀਕ ਹੈ ਡੇਲੀ ਲਾਈਵ ਕਲਾਸਾਂ ਹੁੰਦੀਆਂ ਡਾਊਟ ਤੁਸੀਂ ਕਿਸੇ ਵੀ ਟਾਈਮ ਪੁੱਛ ਸਕਦੇ ਹੋ ਫਿਰ ਗੱਲ ਕਰਦੇ ਆ ਤਾਂ ਤੁਹਾਡੇ ਕੋਲੇ ਜਿਵੇਂ ਐਗਰੀਕਲਚ ਕੀ ਹੈ ਠੀਕ ਹੈ ਮਿਨਿਓਰਸ ਫਰਟੀਲਾਈਜ਼ਰਸ ਕੀ ਹੈ ਫਿਰ ਗੱਲ ਕਰਦੇ ਹਾਂ ਟਿਲਜ ਕੀ ਹੈ ਵੀਡਸ ਹੋ ਗਿਆ ਐਨੀਮਲ ਹਸਬੈਂਡਰੀ ਹੋ ਗਿਆ ਠੀਕ ਹੈ ਜੀ ਔਰ ਇਸ ਤੋਂ ਬਾਅਦ ਆਪਾਂ ਮੂਵ ਕਰਦੇ ਹਾਂ ਨੈਕਸਟ ਪੁਆਇੰਟ ਵੱਲ ਤਾਂ ਤੁਸੀਂ ਦੇਖੋਗੇ ਹਿਸਟਰੀ ਦੇ 50 ਲੈਕਚਰ ਹੈ ਜੀਓਗ੍ਰਾਫੀ ਦੇ ਹੈ ਐਗਰੀਕਲਚਰ ਹੈ ਪੰਜਾਬ ਜੀਕੇ ਹੈ ਜੀਕੇ ਸਟੈਟਿਕ ਹੈ ਮੈਥਮੈਟਿਕਸ ਚੱਲ ਰਿਹਾ ਹੈ ਪੰਜਾਬ ਜੀਕੇ ਮਤਲਬ ਸਾਡਾ ਹਰ ਇੱਕ ਤਿਆਰੀ ਕਰਾਉਣ ਦਾ ਤਰੀਕਾ ਕੀ ਹੈ ਕਿ ਬੱਚਾ ਜਦ ਤੱਕ ਕੀ ਆਪਣੇ ਘਰੇ ਬੈਠਾ ਡਿਟਰਮੀਨਰ ਹੈ ਤਾਂ 100% ਉਹਦੇ ਸਿਲੈਕਸ਼ਨ ਓਰੀਐਂਟਡ ਹੀ ਤਿਆਰੀ ਕਰਾਈ ਜਾਂਦੀ ਹੈ ਸੋ ਦੈਟ ਇਜ਼ ਓਪਰਚ्युनिटी ਨੂੰ ਗ੍ਰੈਬ ਕਰਨ ਦੇ ਲਈ ਤੁਸੀਂ ਐਪ ਡਾਊਨਲੋਡ ਕਰੋ ਤੇ ਸਪੈਸ਼ਲ ਬੈਚਸ ਤੇ ਜਾ ਕੇ ਇਨਰੋਲ ਕਰੋ ਤੁਹਾਡੇ ਸਿਲੈਕਸ਼ਨ ਦੀ ਜ਼ਿੰਮੇਵਾਰੀ ਸਾਡੀ ਹੈ ਜੇ ਤੁਹਾਡਾ ਸਿਲੈਕਸ਼ਨ ਜੁਆਇਨ ਕਰਦੇ ਹੋ ਤਾਂ ਪੂਰੀ ਫੀਸ ਤੁਹਾਨੂੰ ਵਾਪਸ ਕੀਤੀ ਜਾਏਗੀ थैंक यू so much all the best take care bye bye